Who said it? Somebody behind me said that. Was it me? Was it you? No. You sure? If it was me, I'd admit it, buddy. Was it you or not? If it was me, I'd admit it. What'd you say then? I didn't see nothing. It wasn't me. It was a gentleman behind me, I guess. Who is it then? Point it out. I have no idea who it was, buddy. My word. You sure it's not you? ਸਤਿ ਸ਼੍ਰੀ ਅਕਾਲ ਸਮਝਣ ਨਿਊਜ਼ ਦੇਖਦੇ ਦਰਸ਼ਕਾਂ ਦਾ ਮੈਂ ਕੁਲਵੰਤ ਸਿੰਘ ਸਨੋੜ ਵੀ ਸਵਾਗਤ ਕਰਦਾ। ਬੀਤੀ ਦਿਨ ਇੱਕ ਖਬਰ ਆਉਂਦੀ ਹੈ ਕਿ ਜਗਮੀਤ ਸਿੰਘ ਜੋ ਕਿ ਕੈਨੇਡਾ ਦੇ MP ਨੇ ਔਰ ਉਹਨਾਂ ਨੂੰ ਕਿਸੇ ਵਿਅਕਤੀ ਵੱਲੋਂ ਅਪਸ਼ਬਦ ਬੋਲੇ ਜਾਂਦੇ ਨੇ ਪਰ ਉਹ ਉੱਥੋਂ ਜਾਂਦੇ ਨਹੀਂ, ਮੁੜ ਕੇ ਵਾਪਸ ਆਉਂਦੇ ਨੇ ਅਤੇ ਉਹਨੂੰ ਆ ਕੇ ਪੁੱਛਦੇ ਨੇ ਕਿ ਤੂੰ ਮੈਨੂੰ ਬੋਲਿਆ। ਉੱਥੇ ਦੋ ਤਿੰਨ ਬੰਦੇ ਖੜ੍ਹੇ ਹੁੰਦੇ ਨੇ, ਉਹ ਜਦੋਂ ਸਿੰਘ ਜਗਮੀਤ ਸਿੰਘ ਵਾਪਸ ਆਉਂਦੇ ਨੇ ਤਾਂ ਉਹ ਮੁੱਕਰ ਜਾਂਦੇ ਨੇ ਕਿ ਅਸੀਂ ਕੁਛ ਨਹੀਂ ਬੋਲਿਆ, ਪਰ ਉਹਨਾਂ ਨੇ ਉਹਨਾਂ ਦਾ ਡਟ ਕੇ ਸਾਹਮਣਾ ਕੀਤਾ ਅਤੇ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਤੁਸੀਂ ਹੇਟ ਸਪੀਚ ਕੈਨੇਡਾ ਦੇ ਵਿੱਚ ਫੈਲਾ ਰਹੇ ਹੋ ਇਹ ਬਿਲਕੁਲ ਹੀ ਬਰਦਾਸ਼ਤ ਨਹੀਂ ਕੀਤੀ ਜਾਏਗੀ। ਅਸੀਂ ਕਿਸੇ ਤੋਂ ਡਰਨ ਵਾਲੇ ਨਹੀਂ ਹਾਂ, ਸਾਡੀ ਕੌਮ ਸਿੱਖਾਂ ਦੀ, ਸ਼ੇਰਾਂ ਦੀ ਕੌਮ ਹੈ, ਅਸੀਂ ਕਿਸੇ ਤੋਂ ਡਰਦੇ ਨਹੀਂ ਹਾਂ। ਉਹ ਵਾਪਸ ਆ ਕੇ ਪਰਤ ਕੇ ਪੁੱਛਦੇ ਨੇ ਕਿ ਤੁਸੀਂ ਕੀ ਬੋਲਿਆ, ਕੌਣ ਬੋਲਿਆ, ਇਜ਼ ਦੈਟ ਯੂ ਉਹ ਬੋਲਦੇ ਹੋਏ ਦਿਖਾਈ ਦਿੰਦੇ ਨੇ। ਔਰ ਨਾਲ ਦੀ ਨਾਲ ਜਿਹੜੇ ਦੋ ਗੋਰੇ ਦਿਖਾਈ ਦੇ ਰਹੇ ਨੇ ਉਹ ਵੀ ਇਹ ਕਹਿ ਰਹੇ ਨੇ ਕਿ ਨਹੀਂ ਅਸੀਂ ਨਹੀਂ ਸੀ, ਜੇ ਅਸੀਂ ਹੁੰਦੇ ਤਾਂ ਅਸੀਂ ਮੰਨ ਜਾਂਦੇ। ਪਰ ਖਬਰ ਇਹ ਹੈ ਕਿ ਉਹ ਜਗਮੀਤ ਸਿੰਘ ਨੇ ਆਪਣਾ ਸਿੰਘ ਵਾਲਾ ਰੂਪ ਦਿਖਾਇਆ ਕਿ ਦਾੜਾ ਪ੍ਰਕਾਸ਼ ਕੀਤਾ, ਦਮਾਲਾ ਸਿਰ 'ਤੇ ਬੰਨਿਆ ਅਤੇ ਉੱਥੋਂ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ ਜਿਵੇਂ ਸਾਡੇ ਨੇਤਾ ਨੇ, ਉਹ ਭੱਜ ਜਾਂਦੇ ਨੇ, ਉਹ ਭੱਜਣ ਦੀ ਕੋਸ਼ਿਸ਼ ਕਰਦੇ ਨੇ, ਗੱਡੀ ਲੈ ਕੇ ਭੱਜ ਜਾਂਦੇ ਨੇ, ਕੋਈ ਫਰਾਰ ਹੋ ਜਾਂਦੇ ਨੇ। ਪਰ ਕਹਿ ਲਈਏ ਕਿ ਜਗਮੀਤ ਸਿੰਘ ਨੇ ਉਹਨਾਂ ਦਾ ਡਟ ਕੇ ਸਾਹਮਣਾ ਕੀਤਾ ਅਤੇ ਉਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਕਿ ਤੁਹਾਡੀ ਜਿਹੜੀ ਹੇਟ ਸਪੀਚ ਹੈ ਉਸ ਦੇ ਸਾਹਮਣੇ ਅਸੀਂ ਨਹੀਂ ਚੁੱਕਾਂਗੇ, ਅਸੀਂ ਤੁਹਾਡਾ ਮੁਕਾਬਲਾ ਕਰਾਂਗੇ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਹੇਟ ਸਪੀਚ ਕਰਨ ਵਾਲਿਆਂ ਉੱਤੇ ਤਕੜੀ ਤਿੱਖੀ ਕਾਰਵਾਈ ਕੀਤੀ ਜਾਏਗੀ। Got something to say? Was it? I didn't say corrupted bastard, but is I that said. What you said? No, I did not say who said that. Who said it? Somebody behind said me it? Said that. Was it me? Was it you? No. You sure? If it was me, I'd admit it, buddy. Was it you or not? If it was me, I'd admit it. What'd you say then? I didn't see nothing. It wasn't me. It was a gentleman behind me, I guess. Who is it then? Point it out. I have no idea who it was, buddy. My word. You sure it's not you? No. 100%. You're a coward. You're not going to say it to my face. That's what's thought. Say what? You didn't. If I said something like that to you, I'd admit it.